ਅੱਛਾ, ਸ਼ੁਕਰੀਆ ਤੁਹਾਡਾ। ਜੇਲ੍ਹ ਜਿਹੜੀ ਆ ਇਹ ਬੇਸਿਕਲੀ ਯੂ ਹੈਵ ਟੂ ਕੇਅਰਫੁਲੀ ਐਨਾਲਾਈਜ਼ ਕਿ ਤੁਸੀਂ ਇਹਦੇ 'ਚ ਸਮਾਂ ਆਪਣਾ ਕਿੱਦਾਂ ਬਤੀਤ ਕਰਨਾ ਪੋਜ਼ਿਟਿਵਲੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣਾ ਫਰੇਮ ਆਫ ਮਾਇੰਡ ਠੀਕ ਰੱਖਣਾ ਪੈਂਦਾ। ਮੈਂਟਲ ਤੌਰ 'ਤੇ ਆਪਣੇ ਆਪ ਨੂੰ ਸਮਝਾਉਣਾ ਵਾ ਕਿ ਮੈਂ ਘਬਰਾਉਣਾ ਨੀਗਾ, ਔਰ ਚੰਗੇ ਬੰਦਿਆਂ ਦੀ ਬਾਰੇ ਸੋਚਣਾ, ਚੰਗੇ ਬੰਦਿਆਂ ਬਾਰੇ ਪੜ੍ਹਨਾ। ਜਿੱਦਾਂ ਮੈਂ ਜੋ ਵੀ ਪੜ੍ਹਿਆ, ਚਾਹੇ ਉਹ ਨੈਲਸਨ ਮੰਡੇਲਾ, ਇਮਰਾਨ ਖਾਨ, ਇਨਫੈਕਟ ਫਾਤਿਮਾ ਭੁੱਟੋ ਨੇ ਬੜੀ ਅੱਛੀ ਕਿਤਾਬ ਲਿਖੀ ਹੈ। ਆਪਣਾ ਪੰਜਾਬ ਦਾ ਇੱਕ ਬਹੁਤ ਅੱਛਾ ਰਾਈਟਰ ਆ ਅਮਨਦੀਪ ਸਿੰਘ ਸੰਧੂ, ਉਹਨਾਂ ਨੇ ਇੱਕ ਕਿਤਾਬ ਲਿਖੀ ਵਿੱਚ ਆਈ ਵੁੱਡ ਰਿਕਮੈਂਡ ਫੋਰ ਐਵਰੀ ਯੂਥ ਆਫ ਪੰਜਾਬ ਕਿ ਦ ਜਰਨੀਜ਼ ਥਰੂ ਫੋਲਟ ਲਾਈਨਸ। ਬਹੁਤ ਅੱਛੀ ਕਿਤਾਬ ਹੈ। ਉਹ ਹੈ ਵੀ ਵਿਚਾਰੇ ਰਹਿੰਦੇ ਸ਼ਾਇਦ ਬੈਂਗਲੌਰ ਨੇ, ਰੌੜ ਕਿਲ੍ਹਾ, ਉੱਥੇ ਉਹਦੀ ਅਪਬ੍ਰਿੰਗਿੰਗ ਸੀਗੀ। ਹੀ ਹੈਜ਼ ਡਨ ਅ ਵੈਰੀ ਐਕਸਟੈਂਸਿਵ ਰਿਸਰਚ। ਮੈਂ ਉਹਦੀ ਕਿਤਾਬ ਬਹੁਤ ਡਿਟੇਲ ਵਿੱਚ ਪੜ੍ਹੀ, ਮਹਾਰਾਜਾ ਰਣਜੀਤ ਸਿੰਘ ਦਾ ਕੈਰੈਕਟਰ ਪੜ੍ਹਿਆ ਜਾਂ ਚਲੋ ਹੋਰ। ਸੋ ਉੱਥੋਂ ਤੁਹਾਨੂੰ ਇੱਕ ਪੋਜ਼ਿਟਿਵ ਊਰਜਾ ਮਿਲਦੀ ਆ। ਸੋ ਵੰਸ ਯੂ ਆਰ ਮੈਂਟਲੀ ਸਟਰੋਂਗ, ਦੈਨ ਬਾਕੀ ਸਾਰੀਆਂ ਗੱਲਾਂ ਸੈਕੰਡਰੀ ਨੇ। ਫਿਜ਼ੀਕਲ ਸਟਰੈਂਥ ਜਿਹੜੀ ਉਹ ਸੈਕੰਡਰੀ ਗੱਲ ਹੈਗੀ ਆ। ਤੋ ਮੈਂ ਇੱਕ ਤਾਂ ਪੜ੍ਹਨ ਦੇ ਵਿੱਚ ਆਪਣਾ ਸਮਾਂ ਲਾਇਆ ਅੱਛਾ, ਫਿਰ ਮੈਂ ਘੰਟਾ ਕੁ ਸਵਾ ਘੰਟਾ ਆਈ ਵੁੱਡ ਡੂ ਫਿਜ਼ੀਕਲ ਐਕਸਰਸਾਈਜ਼। ਮੈਂ ਇੱਥੇ ਵੀ ਕਰਦਾ, ਬਾਹਰ ਵੀ ਕਰਦਾ, ਉੱਥੇ ਵੀ ਕਰਦਾ ਰਿਹਾ ਵਾਂ। ਅਤੇ ਉਸ ਤੋਂ ਇਲਾਵਾ ਅਫਕੋਰਸ ਜਦੋਂ ਤੁਸੀਂ ਕਿੰਨਾ ਕੁ ਪੜ੍ਹ ਲਉਂਗੇ, ਕਿੰਨੀ ਕੁ ਐਕਸਰਸਾਈਜ਼ ਕਰ ਲਉਂਗੇ, ਫਿਰ ਕੁਛ ਨਾ ਕੁਛ ਤੁਸੀਂ ਅਗਰ ਆਪਣੇ ਮਨ ਨੂੰ ਹੋਰ ਸਮਝਾਉਣਾ ਤਾਂ ਯੂ ਕੈਨ ਮੈਡੀਟੇਟ ਆਲਸੋ। ਛੋਟਾ ਮੋਟਾ ਟੈਲੀਵਿਜ਼ਨ ਥੋੜ੍ਹਾ ਬਹੁਤਾ ਜਿਹੜਾ ਬਾਅਦ 'ਚ ਲਾਤਾ ਉਹਨਾਂ ਨੇ, ਉਹਦੇ ਨਾਲ ਟਾਈਮ ਪਾਸ ਕੀਤਾ। ਕੁਛ ਮੁਲਾਕਾਤਾਂ ਆ ਗਈਆਂ, ਯੂ ਲੁੱਕ ਫੋਰਵਰਡ ਕਿ ਬਾਜਵਾ ਸਾਹਿਬ ਆ ਰਹੇ ਨੇ ਅੱਜ ਸਾਡੇ। ਮੇਰੇ ਇਹ ਇਕੱਲੇ ਸਾਡੇ ਲੀਡਰ ਆਫ ਓਪੋਜੀਸ਼ਨ ਨੇਗੇ, ਇਹ ਮੇਰੇ ਸਾਡੇ ਪਰਿਵਾਰਕ ਸੰਬੰਧ ਆ ਬਹੁਤ ਪੁਰਾਣੇ। ਇਹਨਾਂ ਦੇ ਪਿਤਾ ਜੀ ਸਰਦਾਰ ਸਤਨਾਮ ਸਿੰਘ ਬਾਜਵਾ ਔਰ ਮੇਰੇ ਪਿਤਾ ਜੀ ਅਜ਼ੀਜ਼ ਮਿੱਤਰ ਸੀਗੇ। ਫਿਰ ਕਦੀ ਰਾਜਾ ਵੜਿੰਗ ਜੀ ਆ ਰਹੇ ਨੇ ਜਾਂ ਹੋਰ ਸਾਡੇ ਅੱਛੇ ਲੀਡਰਸ, ਦਵਿੰਦਰ ਯਾਦਵ ਜੀ ਆਏ, ਤਾਂ ਉਹਦੇ ਨਾਲ ਯੂ ਗੈਟ ਸਮ ਪੋਜ਼ਿਟਿਵ ਐਨਰਜੀ। ਸੋ ਬੇਸਿਕਲੀ ਫਰੇਮ ਆਫ ਮਾਇੰਡ ਦੀ ਗੱਲ ਹੈਗੀ ਕਿ ਆਪਣੇ ਆਪ ਨੂੰ ਕਿੱਦਾਂ ਰੱਖਣਾ। ਜੇ ਡਰੋਂਗੇ, ਕਿਉਂਕਿ ਇੱਕ ਕਿਸੇ ਨੇ ਅੱਛਾ ਲਿਖਿਆ ਵਾ ਕਿ ਜਿਹੜੀ ਚੀਜ਼ ਤੁਹਾਡੇ ਹੱਥ 'ਚ ਨਹੀਂ ਗਈ, ਜੋ ਤੁਸੀਂ ਕਰ ਨਹੀਂ ਸਕਦੇ, ਉਹਦੇ ਬਾਰੇ ਐਵੇਂ ਸੋਚੀ ਜਾਣਾ, ਉਹਦੇ 'ਤੇ ਐਵੇਂ ਆਪਣਾ ਸਮੇਂ ਆ ਐਨਰਜੀ ਬਰਬਾਦ ਕਰਨ ਦਾ ਕੋਈ ਫਾਇਦਾ। ਬਾਕੀ ਸਭ ਕੁਛ ਉਹ ਮੈਂ ਜਿੱਦਾਂ ਕਿਹਾ, ਕੁਦਰਤ ਬਹੁਤ ਬੇਅੰਤ ਆ, ਬਹੁਤ ਕੁਛ ਉਹਦੇ ਹੱਥ ਵਿੱਚ ਹੈ। ਉਹ ਅਰਸ਼ ਤੋਂ ਫਰਸ਼ ਅਤੇ ਫਰਸ਼ ਤੋਂ ਉੱਤੇ ਲਿਜਾ ਸਕਦੀ ਆ। ਇੱਦਾਂ ਦੀਆਂ ਚੰਗੀਆਂ ਜਿਹੀਆਂ ਗੱਲਾਂ ਸੋਚ ਕੇ ਅਤੇ ਆਪਣਾ ਸਮਾਂ ਜਿਹੜਾ ਪਾਸ ਕੀਤਾ। ਅਫਕੋਰਸ ਸੋਲਿਟਰੀ ਆਈ ਵੁੱਡ ਸੇ, ਬਿਕੋਜ਼ ਮੈਨੂੰ ਕਿਸੇ ਨਾਲ ਆਗਿਆ ਨਹੀਂ ਸੀ ਮਿਲਣ ਦੀ, ਕਿਉਂ ਕੋਈ ਅੰਦਰ ਨਹੀਂ ਸੀ ਆ ਸਕਦਾ, ਅਤੇ ਜਿਹੜਾ ਕੰਪਾਊਂਡ ਸੀ ਉਹ ਇਕੱਲੇ ਨੂੰ ਮੈਨੂੰ ਰੱਖਿਆ ਹੋਇਆ ਸੀਗਾ। ਤਾਂ ਇਸ ਤਰ੍ਹਾਂ ਦਾ ਹੀ ਸਮਾਂ ਅੱਛਾ ਕੱਢਿਆ। ਬਾਕੀ ਖਾਣਾ ਖੁਣਾ ਆਮ ਵੈਰੀ ਯੂ ਨੋ ਨੋਟ ਵੈਰੀ ਆਲਦੋ ਤੁਹਾਨੂੰ ਲੱਗਦਾ ਹੋਊਗਾ ਆਮ ਨੋਟ ਵੈਰੀ ਫੌਂਡ ਆਫ ਨੋ ਟੂ ਮਚ ਆਫ ਲੈਵਿਸ਼ ਈਟਿੰਗ। ਤਾਂ ਮੈਂ ਖਾਣਾ ਜ਼ਰੂਰ ਜੇਲ੍ਹ ਦਾ ਬਹੁਤ ਸਿੰਪਲ ਖਾਧਾ ਵਧੀਆ, ਔਰ ਚੰਗਾ ਮੈਂ ਥੋੜ੍ਹਾ ਦੱਸ ਦੂੰਗਾ ਕਿ ਇੱਕ ਮੀਲ ਮਿਸ ਕੀਤਾ। ਮੈਂ ਸੋਚਿਆ ਇੱਥੇ ਬੈਠੇ ਹਾਂ, ਕਰ ਕੀ ਰਿਹਾ ਮੈਂ, ਅਤੇ ਤਿੰਨ ਵਾਰੀ ਖਾਣਾ ਖਾਣ ਦੀ ਬਜਾਏ ਦੋ ਵਾਰੀ ਖਾਣਾ ਖਾਓ। ਪਿੰਡਾਂ ਦੇ ਲੋਕ ਸਾਡੇ ਪੰਜਾਬ ਦੇ ਦੋ ਵਾਰੀ ਖਾਣਾ ਖਾਂਦੇ ਘਰਾਂ ਦੇ ਵਿੱਚ, ਦੁਪਹਿਰ ਦਾ ਖਾਣਾ ਵਿੱਚੋਂ ਚੱਕ ਦਿੱਤਾ। ਸੋ ਚੰਗਾ ਡਾਇਟ ਖਾਧੀ ਆ, ਵਧੀਆ ਸੋਚਿਆ ਵਾ, ਵਰਜਿਸ਼ ਚੰਗੀ ਕੀਤੀ ਆ, ਅਤੇ ਬਾਜਵਾ ਸਾਹਿਬ ਅਤੇ ਸਾਡੇ ਭਰਾ ਮੇਰੇ ਕੋਲ ਬੈਠੇ ਨੇ, ਔਜਲਾ ਸਾਹਿਬ, ਹੋਰ ਵੀ ਸਾਰੇ ਬੜੇ ਸਤਿਕਾਰ। ਅੱਛਾ, ਦੂਜੀਆਂ ਪਾਰਟੀਆਂ ਦੇ ਲੋਕਾਂ ਦਾ ਵੀ ਮੈਂ ਧੰਨਵਾਦ, ਮੇਰੇ ਕੋਲ ਸ਼ਬਦ ਨਹੀਂ ਗਏ ਬਈ, ਜਿਨ੍ਹਾਂ ਦਾ ਸਾਡੇ ਨਾਲ ਕੋਈ ਸਰੋਕਾਰ ਨਹੀਂ, ਵਿਰੋਧ ਆ, ਬੀਜੇਪੀ 'ਚੋਂ ਸੁਨੀਲ ਜਾਖੜ ਜੀ ਨੇ ਜਾਂ ਬਿਕਰਮ ਮਜੀਠੀਆ ਨੇ। ਮੈਂ ਹੁਣ ਦੇਖਦਾ ਵਾਂ ਕਿ ਜੇ ਮੇਰੇ 'ਤੇ ਇੰਨਾ ਕਹਿਰ ਢਾਇਆ ਗਿਆ NDPS ਦਾ, ਦੇਰ ਇਜ਼ ਐਵਰੀ ਪੋਸੀਬਿਲਿਟੀ ਕਿ ਜਿਹੜਾ NDPS ਦਾ ਕੇਸ ਉਹਦੇ 'ਤੇ ਜਿਹੜਾ ਦੁਬਾਰਾ ਦੁਬਾਰਾ ਬੁਲਾ ਕੇ ਉਹਨੂੰ ਕੀਤਾ ਜਾ ਰਿਹਾ, ਇਟ ਮੇ ਆਲਸੋ ਬੀ ਅਟਲੀ ਫਾਲਸ। ਮੈਂ ਇਹ ਮੈਨੂੰ ਰਿਅਲਾਈਜੇਸ਼ਨ ਆਪਣੇ 'ਤੇ ਹੱਡ ਬੀਤੀ ਕਰਾ ਕੇ ਅਹਿਸਾਸ ਹੋਇਆ ਵਾ। ਉਹਦਾ ਸਿਮਰਨਜੀਤ ਸਿੰਘ ਮਾਨ, ਉਹਨਾਂ ਨੇ ਮੇਰੇ ਹੱਕ 'ਚ ਬੋਲੇ, ਕਿਸਾਨ ਜਥੇਬੰਦੀਆਂ, ਹੋਰ ਲੱਖਾਂ ਸੁਧਾਣਾ ਹੋਣੀ, ਸੋਸ਼ਲ ਮੀਡੀਆ, ਡਾਕਟਰ ਗਾਂਧੀ ਮੈਨੂੰ ਮਿਲਣ ਆਏ ਅੰਦਰ, ਅਮਨ ਇੱਕ ਮਾਨਸਾ ਛੋਟਾ ਜਿਹਾ ਬੱਚਾ ਸਾਡਾ, ਮਤਲਬ ਮੈਂ ਕਈਆਂ ਦਾ ਨਾਂ ਨਾ ਭੁੱਲ ਜਾਵਾਂ, ਨਵਜੋਤ ਸਿੰਘ ਸਿੱਧੂ ਸਭ ਤੋਂ ਪਹਿਲਾਂ ਮੈਨੂੰ ਮਿਲਣ ਆਏ, ਸੁੱਖੀ ਰੰਧਾਵਾ ਜੀ ਸਾਡੇ, ਤ੍ਰਿਪਤ ਬਾਜਵਾ ਜੀ ਦੇਖੋ ਦੋ ਵਾਰੀ ਮੈਨੂੰ ਮਿਲਣ ਆਏ ਉੱਥੇ ਪੁੱਛਣ ਆਏ ਹਾਲ। ਬਾਕੀ ਡਾਊਨ ਦਾ ਲਾਈਨ ਸਾਰੇ ਜਿਹੜੇ ਸੀਗੇ
ਠੀਕ ਹੈ, ਥੋੜ੍ਹਾ ਸਮੇਂ ਦੀ ਘਾਟ ਹੈ, ਬਾਜਵਾ ਸਾਹਿਬ ਘੜੀ ਦੇਖ ਰਹੇ ਸੀ, ਤਾਂ ਮੈਂ ਇਹਨਾਂ ਨੂੰ ਬਹੁਤ ਸਮਾਂ ਇਹਨਾਂ ਨੇ ਜਿਹੜਾ ਮੇਰੇ ਸਾਡੇ ਲੀਡਰਾਂ ਨੇ ਦਿੱਤਾ, ਇਹ ਮੇਰੇ ਸਿਰ 'ਤੇ ਕਰਜ਼ਾ ਵਾ, ਅਤੇ ਮੈਂ ਇਹ ਇਹਨਾਂ ਦਾ ਹਮੇਸ਼ਾ ਪਿਆਰ ਸਤਿਕਾਰ ਜਿਹੜਾ ਉਹ ਚੇਤੇ ਰੱਖੂੰਗਾ। ਬਿਫੋਰ ਆਈ ਡੂ ਐਨੀਥਿੰਗ ਆਈ ਵਿਲ ਆਲਵੇਜ਼ ਰਿਮੈਂਬਰ ਵੋਟ ਦੇ ਆਲ ਦੀਸ ਪੀਪਲ ਇਨ ਮਾਈ ਐਬਸੈਂਸ, ਮੇਰੇ ਪਰਿਵਾਰ ਦੇ ਨਾਲ ਬੈਠੇ ਉੱਠੇ, ਮੇਰੇ ਬੱਚੇ ਦੇ ਉੱਤੇ ਹੱਥ ਰੱਖਿਆ, ਹਾਲਾਂਕਿ ਮੇਰੀ ਸੋਰੀ ਟੂ ਸੇ ਗੌਰਮੈਂਟ ਨੇ ਮਤਲਬ ਮੇਰੀ ਵਾਈਫ ਨੂੰ ਵੀ ਇੰਪਲੀਕੇਟ ਕੀਤਾ ਹੋਇਆ ਇਸ ਕੇਸ ਵਿੱਚ, ਵਿਚ ਇਜ਼ ਵੈਰੀ ਵੈਰੀ ਸੈਡਨਿੰਗ। ਐਵੇਂ ਝੂਠੋ ਝੂਠ ਹੀ, ਝੂਠੋ ਹੀ ਝੂਠ, ਪਰ ਚਲੋ ਜੋ ਹੋਊਗਾ ਅਸੀਂ ਭੁਗਤਾਂਗੇ। ਮੈਂ ਜਿੱਦਾਂ ਪਹਿਲਾਂ ਕਿਹਾ ਤਾਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦੇ ਉੱਤੇ ਕਰੀ ਫਿਰ ਬਹੁਤ ਬਹੁਤ ਧੰਨਵਾਦ। ਕਰਾਂਗੇ ਸਲਾਹ ਕਰਕੇ, ਇਹ ਤਾਂ ਸੁਜੈਸ਼ਨ ਹੈ ਨਾ ਹੁਣੇ ਹਾਲੇ।